ਹੁਸ਼ਿਆਰਪੁਰ ਵਿੱਚ ਹੋ ਰਹੀਆਂ ਵਾਰਦਾਤਾਂ ਹੁਣ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਕਰ ਰਹੀਆਂ ਨੇ। ਆਏ ਦਿਨ ਚੋਰੀਆਂ ਡਕੈਤੀਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਅਜਿਹੀ ਹੀ ਇੱਕ ਹੋਰ ਘਟਨਾ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਸੁਨਿਆਰੇ ਦੀ ਦੁਕਾਨ ਤੇ ਬੰਦੂਕ ਦੀ ਨੋਕ ਤੇ ਲੁੱਟਮਾਰ ਕੀਤੀ ਗਈ। ਦੱਸ ਦਈਏ ਕਿ ਪ੍ਰਤਾਪ ਚੌਂਕ ਦੇ ਕੋਲ ਸਥਿਤ ਇੱਕ ਸੁਨਿਆਰੇ ਦੀ ਦੁਕਾਨ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਦੋਂ ਇਸ ਦਾ ਵਿਰੋਧ ਮਾਲਕ ਵੱਲੋਂ ਕੀਤਾ ਗਿਆ ਤਾਂ ਉਸ ਤੇ ਵੀ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਦੱਸ ਦਈਏ ਕਿ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨ ਦੇ ਬਾਹਰ ਫਾਇਰ ਵੀ ਕੀਤੇ ਗਏ। ਜ਼ਿਕਰਯੋਗ ਹੈ ਕਿ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਵਿਅਕਤੀ ਗਹਿਣੇ ਤੇ ਨਕਦੀ ਪੈਸੇ ਲੁੱਟ ਕੇ ਫਰਾਰ ਹੋ ਗਏ ਨੇ। ਜਿਹੜਾ ਇਹ ਹਾਦਸਾ ਹੋਇਆ ਆ, ਗਨ ਪੁਆਇੰਟ ਤੇ ਸਰਾਫੀ ਦੀ ਦੁਕਾਨ ਲੁੱਟੀ ਗਈ ਹੈਗੀ ਹੈ ਪ੍ਰਤਾਪ ਚੌਂਕ ਬਾਜ਼ਾਰ ਦੇ ਵਿੱਚ। ਇਹ ਬਹੁਤ ਮੰਦਭਾਗੀ ਆ ਔਰ ਸ਼ਹਿਰ 'ਚ ਪਹਿਲਾਂ ਹੀ ਬੜਾ ਦਹਿਸ਼ਤ ਦਾ ਮਾਹੌਲ ਆ। ਇਹ ਜੋ ਚੋਰੀਆਂ ਚਕਾਰੀਆਂ ਡਕੈਤੀਆਂ ਹੋ ਰਹੀਆਂ ਔਰ ਇੱਥੇ ਕੋਈ ਕੰਟਰੋਲ ਨਹੀਂ ਹੋ ਰਿਹਾ ਅਤੇ ਇਹਦੇ ਨਾਲ ਹੋਰ ਦਹਿਸ਼ਤ ਫੈਲੀ ਹੈਗੀ ਹੈ ਅਤੇ ਪ੍ਰਸ਼ਾਸਨ ਨੂੰ ਜਿਹੜਾ ਹੈਗਾ ਉਹ ਬਹੁਤ ਚੁਕੰਨੇ ਰਹਿਣ ਦੀ ਲੋੜ ਆ ਔਰ ਇਹਨਾਂ ਲੋਕਾਂ ਨੂੰ ਪਕੜ ਕੇ ਇਹਨਾਂ ਨੂੰ ਸਜ਼ਾ ਦਿਲਵਾਉਣ ਦੀ। ਸਰ ਪਹਿਲਾਂ ਵੀ ਜਿੱਦਾਂ ਮਾਲ ਟਾਊਨ ਦੇ ਵਿੱਚ ਵੀ ਇਹ ਹੋਇਆ ਵਾ, ਬਿਲਕੁਲ ਬਿਲਕੁਲ, ਤੇ ਅੱਜ ਇੱਥੇ ਹੋਇਆ, ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਢਿੱਲ ਹੈਗੀ ਹੈ ਜਾਂ ਕੀ ਹੈਗਾ? ਨਹੀਂ, ਮੈਂ ਤਾਂ ਇਹ ਕਹੂੰਗਾ ਵੀ ਇੱਥੇ ਲਾ ਐਂਡ ਆਰਡਰ ਹੈ ਹੀ ਨਹੀਂ ਆ, ਕੋਈ ਗੁੰਡਾ ਰਾਜ ਹੈਗਾ, ਚੋਰ ਡਕੈਤ ਲੁੱਟਾਂ ਖੋਹਾਂ ਹੋ ਰਹੀਆਂ ਔਰ ਰੁਕ ਨਹੀਂ ਰਹੀਆਂ, ਤਾਂ ਫੇਲਰ ਆਫ ਪੁਲਿਸ ਐਂਡ ਐਡਮਿਨਿਸਟ੍ਰੇਸ਼ਨ। ਕੋਈ ਸਰ ਪਤਾ ਲੱਗਾ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ ਤਾਂ ਕਿੰਨਾ? ਇਹ ਇਹਨਾਂ ਨੂੰ ਪਤਾ ਹੋਏਗਾ ਜੀ। ਹਾਂਜੀ, ਹਾਲੇ ਉਹ ਅਸੈਸ ਕਰ ਰਹੇ ਆ ਕਿਉਂਕਿ ਕੈਸ਼ ਵੀ ਚੁੱਕਿਆ ਗਿਆ ਔਰ ਫਾਇਰ ਵੀ ਹੋਏ ਸਰ, ਫਾਇਰ ਗਨ ਪੁਆਇੰਟ ਤੇ ਇਹਨਾਂ ਦੇ ਬੇਟੇ ਨੂੰ ਢਾਹ ਲਿਆ ਗਿਆ ਔਰ ਇਹਨਾਂ ਦੇ ਸਿਰ 'ਚ ਵੱਟ ਮਾਰੇ। ਰੰਗਲਾ ਟੀਵੀ ਲਈ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ।